ਕੰਧ ਟੱਪ ਕੇ ਘਰ ਚ ਵੜਿਆ ਚੋਰ, ਅੰਦਰ ਜਾਗ ਰਿਹਾ ਸੀ ਪੂਰਾ ਪਰਿਵਾਰ। ਮੌਕੇ ਤੇ ਹੀ ਪਰਿਵਾਰ ਨੇ ਫੜ ਲਿਆ ਚੋਰ। ਵੇਖੋ ਕਿਵੇਂ ਕੀਤੀ ਛਿੱਤਰ ਪਰੇਡ। ਦੱਸਦੀ ਕਿ ਇੱਕ ਚੋਰ ਰਾਤ ਸਮੇਂ ਇੱਕ ਘਰ ਦੀ ਉੱਚੀ ਕੰਧ ਟੱਪ ਕੇ ਅੰਦਰ ਵੜ ਜਾਂਦਾ ਹੈ ਤਾਂ ਉਸ ਸਮੇਂ ਪਰਿਵਾਰ ਜਾਗ ਰਿਹਾ ਹੁੰਦਾ ਹੈ। ਜਿਵੇਂ ਹੀ ਉਹਨਾਂ ਨੂੰ ਆਵਾਜ਼ ਸੁਣਦੀ ਹੈ ਤਾਂ ਉਹਨਾਂ ਨੂੰ ਚੋਰ ਵਿਖ ਜਾਂਦਾ ਹੈ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਚੋਰ ਨੂੰ ਫੜਿਆ ਜਾਂਦਾ ਹੈ ਤੇ ਫਿਰ ਚੰਗੇ ਤਰੀਕੇ ਦੇ ਨਾਲ ਇਸ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ। ਤਾਂ ਮੌਕੇ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੋਕਾਂ ਨੇ ਇਸ ਚੋਰ ਨੂੰ ਫੜਿਆ ਹੋਇਆ ਹੈ, ਜਿਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਰਹਿੰਦੀਆਂ ਨੇ। ਤਾਂ ਰਾਤ ਦੇ ਸਮੇਂ ਚੋਰ ਘਰ ਦੇ ਵਿੱਚ ਵੜਦਾ ਹੈ ਤਾਂ ਉਸ ਸਮੇਂ ਘਰ ਦਾ ਦਰਵਾਜ਼ਾ ਬੰਦ ਹੁੰਦਾ ਹੈ, ਜਿਸ ਤੋਂ ਬਾਅਦ ਇਸ ਚੋਰ ਨੂੰ ਫੜ ਕੇ ਚੰਗੀ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ। ਇਸ ਸੰਬੰਧੀ ਜਦ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਘਰ ਦਾ ਗੇਟ ਬੰਦ ਸੀ ਤਾਂ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ, ਜਦਕਿ ਕੰਧ ਵੇਖ ਕੇ ਲੱਗ ਹੀ ਨਹੀਂ ਰਿਹਾ ਕਿ ਚੋਰ ਇਸ ਨੂੰ ਟੱਪਿਆ ਹੋਵੇਗਾ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹੇ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ ਅਤੇ ਪੁਲਿਸ ਦੇ ਵੱਲੋਂ ਇਸ ਚੋਰ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਰਾਤ ਦੇ ਸਮੇਂ ਦੀ ਇਹ ਵਾਰਦਾਤ ਸੀ ਤਾਂ ਜਿਵੇਂ ਹੀ ਚੋਰ ਦਾ ਪਤਾ ਲੱਗਦਾ ਹੈ ਤਾਂ ਸਾਰਾ ਮਹੱਲਾ ਇਕੱਠਾ ਹੋ ਜਾਂਦਾ ਹੈ ਤਾਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਇਸ ਚੋਰ ਨੂੰ ਫੜਿਆ ਜਾਂਦਾ ਹੈ ਅਤੇ ਚੰਗੇ ਤਰੀਕੇ ਦੇ ਨਾਲ ਇਸ ਦੀ ਛਿੱਤਰ ਪਰੇਡ ਕੀਤੀ ਗਈ ਅਤੇ ਫਿਰ ਪੁਲਿਸ ਇਸ ਨੂੰ ਆਪਣੇ ਨਾਲ ਲੈ ਜਾਂਦੀ ਹੈ। ਸਰ, ਮੈਂ ਆਪਣੀ ਸਿਸਟਰ ਦੇ ਘਰ ਆਈ ਸੀਗੀ ਅਤੇ ਇੰਨੀ ਦੇਰ ਨੂੰ ਨਾ ਅਸੀਂ ਅੰਦਰ ਸਾਰੇ ਜਣੇ ਬੈਠੇ ਪਰਿਵਾਰ ਪੂਰਾ, ਅਤੇ ਇਹਨੇ ਬਾਹਰਲਾ ਗੇਟ ਖੋਲ੍ਹ ਕੇ ਸਿੱਧਾ ਡਾਇਰੈਕਟ ਅੰਦਰ ਆ ਗਿਆ ਅਤੇ ਅਸੀਂ ਇਹਨੂੰ ਪੁੱਛਿਆ ਵੀ ਹਾਂ ਕੌਣ ਆ, ਅਤੇ ਕਹਿੰਦਾ ਮੇਰੀ ਭੂਆ ਦਾ ਘਰ, ਕਦੀ ਕਹਿੰਦਾ ਮੇਰੀ ਮੰਮੀ ਦਾ ਘਰ। ਠੀਕ ਆ, ਇੰਨੀ ਦੇਰ ਨੂੰ ਸਾਨੂੰ ਲੱਗਾ ਵੀ ਹਾਂ ਵੀ ਸਮਾਨ ਚੁੱਕਣ ਆਇਆ, ਕੋਈ ਰਿਸ਼ਤੇਦਾਰੀ ਸਾਡੀ ਹੈ ਨਹੀਂ, ਇਹ ਸਾਡੇ ਮੂੰਹ ਵੱਲ ਵੇਖਣ ਲੱਗ ਗਿਆ ਸੀ, ਇਹਨਾਂ ਦੇ ਮੂੰਹ ਵੱਲ ਵੇਖਣ ਲੱਗ ਵੀ ਕੌਣ ਹੈ, ਅਤੇ ਇੰਨੀ ਦੇਰ ਨੂੰ ਸਾਡੇ ਬੇਟੇ ਨੇ ਫੜ ਕੇ ਬਾਹਰ ਕੱਢਤਾ ਬਾਹੋਂ, ਅਤੇ ਬਸ ਇਹਨੂੰ ਅਸੀਂ ਇਸੇ ਕਰਕੇ ਫੜ ਕੇ ਰੱਖਿਆ ਹੈ ਵੀ ਇਹਨੇ ਇਹ ਚੋਰੀ ਕਰਨ ਹੀ ਆਇਆ, ਹੋਰ ਤਾਂ ਉੱਦਾਂ ਕਿਸੇ ਮਸ ਦਾ ਹੈ ਹੀ ਨਹੀਂ ਹੈ, ਤੁਹਾਨੂੰ ਵੀ ਪਤਾ ਵੀ ਉੱਦਾਂ ਕਿੱਦਾਂ ਆ ਸਕਦਾ ਕੋਈ ਕਿਸੇ ਦੇ ਘਰ ਦੇ ਵਿੱਚ। ਠੀਕ ਹੈ ਨਾ, ਇਹਦੇ ਨਾਲ ਹੋਰ ਵੀ ਕੋਈ ਹੋ ਸਕਦਾ, ਇਹ ਇਕੱਲਾ ਨਹੀਂ ਹੈ। ਨਹੀਂ ਸਰ, ਇਹਨੇ ਹਾਲੇ ਕੁਛ ਨਹੀਂ ਫੜਿਆ, ਹੱਥ 'ਚ ਕੋਈ ਚੀਜ਼ ਨਹੀਂ ਆਈ, ਕਹਿੰਦਾ ਪਿਆ ਮੈਂ ਕੰਧ ਟੱਪੀ ਆ, ਕਿਉਂਕਿ ਅਸੀਂ ਅੰਦਰਲਾ ਗੇਟ ਮਾਰਿਆ ਹੋਇਆ ਸੀਗਾ, ਬਾਹਰਲਾ ਗੇਟ ਖੋਲ੍ਹਿਆ ਪਹਿਲਾਂ ਇਹਨੇ ਖੋਲ੍ਹ ਕੇ ਫਿਰ ਅੰਦਰ ਲੱਗੇ। ਸਰ, ਸਾਰੇ ਅੰਦਰ ਬੈਠੇ, ਸਾਰੇ ਅੰਦਰ ਬੈਠੇ ਸੀ, ਸਾਰੇ ਅੰਦਰ ਬੈਠੇ ਸੀ ਅਤੇ ਆਣ ਕੇ ਖੜਾ ਹੋ ਗਿਆ, ਅਤੇ ਉਸੇ ਵੇਲੇ ਫਿਰ ਉਹ ਲੜਕੇ ਨੇ ਬਾਹਰ ਕੱਢਿਆ ਸਮਾਨ, ਅਸੀਂ ਚੁੱਕਦੇ ਹਾਂ ਦੇਖਿਆ ਨਹੀਂ ਆ, ਬਸ ਅੰਦਰ ਵੜਦੇ ਹਾਂ ਆਇਆ ਹੀ ਆ ਉਸ ਵੇਲੇ। ਹਾਂ, ਉਸ ਵੇਲੇ ਉਹ ਮਤਲਬ ਆ ਹੁਣ ਦਾ ਹੀ ਟਾਈਮ ਹੋਇਆ ਜਿਹੜਾ, ਬਸ ਸਾਨੂੰ ਕੀ ਪਤਾ ਹੁਣ ਇਹ ਚੋਰੀ ਚੋਰੀ ਜੋ ਚੁੱਕਣ ਦਾ ਜੋ ਸਾਰੇ ਫੜ ਹੀ ਲਿਆ, ਵੇਖ ਹੀ ਲਿਆ, ਫਿਰ ਉਹਨੇ ਚੁੱਕਣਾ ਕੀ ਸੀ। ਇੱਥੇ ਮੌਕੇ 'ਤੇ ਆਏ ਜੀ, ਮਹੱਲੇ ਵਾਲਿਆਂ ਨੇ ਦੱਸਿਆ ਵੀ ਇੱਥੇ ਤੁਰਿਆ ਫਿਰਦਾ, ਵਾਰਾ ਤੁਰਿਆ ਫਿਰਦਾ, ਅਤੇ ਵੇਖਣ ਨੂੰ ਲੱਗਦਾ ਜਿਸ ਤਰ੍ਹਾਂ ਮੈਂਟਲੀ ਅਪਸੈਟ ਜਿਹਾ ਵਾ, ਇਸ ਤਰ੍ਹਾਂ ਦਾ ਇਹਦੇ ਹਾਲਾਤ ਲੱਗਦੇ ਆ। ਬਾਕੀ ਨਾ ਇਹਨੂੰ ਕੋਈ ਵਾਰੀ ਐਡਰੈਸ ਹੀ ਦੱਸਦਾ, ਇਹਨੂੰ ਪੁੱਛਦੇ ਹਾਂ ਵੀ ਕਿੱਥੋਂ ਦਾ ਵਾ, ਕਿਹੜੇ ਕਿਹੜੇ ਕਿੱਥੋਂ ਦਾ ਰਹਿਣ ਵਾਲਾ ਵਾ। ਉਹ ਤਾਂ ਚਲੋ ਕਰ ਲੈਂਦੇ ਵੈਰੀਫਾਈ ਵੀ, ਇਹ ਵੇਖਣ ਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜਦੋਂ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ, ਅਤੇ ਇਹਦਾ ਕਰਾ ਕੇ ਮੈਡੀਕਲ ਵੀ ਕਰਾ ਲੈਂਦੇ, ਇਹਦਾ ਬਾਕੀ ਕਾਰਵਾਈ ਦੇਖਦੇ ਹਾਂ ਅਤੇ ਕਰਦੇ। ਉਹਦੀ ਕਾਰਵਾਈ ਕਰਦੀ ਆ ਜੀ, ਅਸੀਂ ਉਹਦੇ ਮਗਰ ਅਸੀਂ ਡਏ ਹਾਂ ਟਰੇਸ ਕਰਨ, ਸਾਡੀਆਂ ਪਾਰਟੀਆਂ ਲੱਗੀਆਂ ਨੇ, ਟੀਮਾਂ ਲੱਗੀਆਂ ਨੇ। ਓਕੇ।